हाँ कोई ना ਆਪਾਂ ਪਹੁੰਚ ਗਏ ਹਾਂ ਜੀ ਦੁਨੀਆ ਦੀ ਤੀਸਰੀ ਸਭ ਤੋਂ ਅਮੀਰ ਕੰਟਰੀ ਦੇ ਵਿੱਚ ਪਹਿਲੇ ਨੰਬਰ ਤੇ ਮੋਨਾਕੋ ਦੂਸਰੇ ਤੇ ਕਿਹੜਾ ਇਹ ਬੋਲੀ ਮੇਰੇ ਕੋ ਬੋਲਿਆ ਨਹੀਂ ਜਾਂਦਾ ਕਿੱਦਾਂ ਲਿਚਨਸਟਾਈਨ ਹਾਂ ਤੇ ਤੀਸਰੇ ਤੇ ਹੈਗਾ ਇਹ ਲਕਸਮਬਰਗ ਜੀ ਡੀ ਪੀ ਕਰ ਪਰ ਕੈਪੀਟਾ ਇਹਦੀ ਹੈਗੀ ਅਪਰੋਕਸੀਮੇਟਲੀ $1,40,000 ਸੋ ਨਿਹਾਇਤ ਹੀ ਅਮੀਰ ਮੁਲਕ ਹੈ ਅਤੇ ਉਹ ਸਾਹਮਣੇ ਪਬਲਿਕ ਟਰਾਂਸਪੋਰਟ ਬਿਲਕੁਲ ਮੁਫਤ ਆ ਜਿਹੜੀ ਮਰਜ਼ੀ ਬੱਸ ਚੜ੍ਹ ਜਾਓ ਜਿਹੜੀ ਮਰਜ਼ੀ ਟ੍ਰੇਨ 'ਚ ਚੜ੍ਹ ਜਾਓ ਹਾਂਜੀ ਭਾਅ ਜੀ ਹਾਂ ਤੁਹਾਡਾ ਵੀਰ ਇੱਕ ਵਾਰੀ ਇੱਥੇ ਆ ਚੁੱਕਾ ਵਾ ਵੀਡੀਓ ਵੀ ਕੀਤੀ ਸੀ ਬਟ ਉਹ ਮੈਨੂੰ ਅਨਪਬਲਿਸ਼ ਕਰਨੀ ਪਈ ਸੀ ਫਾਰ ਸਮ ਰੀਜ਼ਨਸ ਸੋ ਇਸੇ ਕਰਕੇ ਮੈਨੂੰ ਅੱਜ ਲੱਗਾ ਕਿ ਅੱਜ ਆਪਾਂ ਦੁਬਾਰਾ ਲੋਕਾਂ ਨੂੰ ਵੀਡੀਓ ਇੱਕ ਬਣਾ ਕੇ ਦੱਸਿਆ ਜਾਵੇ ਇਹਦੇ ਮੁਲਕ ਬਾਰੇ ਫ੍ਰੀ ਪਬਲਿਕ ਟਰਾਂਸਪੋਰਟ ਦਾ ਇਹ ਫਾਇਦਾ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਗਲਤ ਤੇ ਚੜ੍ਹ ਜਾਵਾਂਗੇ ਕੋਈ ਨਾ ਝੂਟੇ ਮਾਟੇ ਸਹੀ ਭਾਅ ਜੀ ਹੈ ਨਾ ਹਾਂ ਇੱਥੇ ਦੋ ਇੰਪੋਰਟੈਂਟ ਚੀਜ਼ਾਂ ਵਾ ਇੱਕ ਤਾਂ ਯੂਰਪੀਅਨ ਯੂਨੀਅਨ ਦਾ ਵੀ ਪਾਰਲੀਮੈਂਟ ਅਤੇ ਇੱਕ ਕੋਈ ਲਾਅ ਰਿਲੇਟਡ ਵੀ ਯੂਰਪੀਅਨ ਯੂਨੀਅਨ ਦਾ ਉਹ ਵੀ ਇੱਥੇ ਹੀ ਆ ਦੋ ਯਾਨੀ ਕਿ ਮੇਨ ਇੰਪੋਰਟੈਂਟ ਆ ਇੱਥੇ ਯੂਰਪੀਅਨ ਯੂਨੀਅਨ ਦੇ ਤਿੰਨ ਇੱਥੇ ਬੋਲੀਆਂ ਜਾਂਦੀਆਂ ਜੀ ਬੋਲੀਆਂ ਇੱਕ ਇਹਨਾਂ ਦੀ ਆਪਣੀ ਬੋਲੀ ਹੈਗੀ ਉਹਨੂੰ ਕਹਿ ਦਿੰਦੇ ਆ ਲਕਸਮਬਰਗਿਸ਼ ਉਹ ਮਿਕਸ ਜਿਹਾ ਵਾ ਫਰੈਂਚ ਦਾ ਅਤੇ ਜਰਮਨ ਦਾ ਕਹਿ ਦਿਓ ਅਤੇ ਉਸ ਤੋਂ ਇਲਾਵਾ ਇਹਨਾਂ ਨੂੰ ਔਨ ਐਵਰੇਜ ਕਹਿੰਦੇ ਇੱਥੇ ਲੋਕ ਚਾਰ ਬੋਲੀਆਂ ਜਾਣਦੇ ਹੀ ਆ ਜਿਹਦੇ ਵਿੱਚ ਇਹਨਾਂ ਦੀ ਲਕਸਮਬਰਗਿਸ਼ ਹੋ ਗਈ ਫਿਰ ਜਰਮਨ ਹੋ ਗਈ ਅਤੇ ਉਸ ਤੋਂ ਬਾਅਦ ਫਰੈਂਚ ਹੋ ਗਈ ਅਤੇ ਇੰਗਲਿਸ਼ ਪਾਪੂਲੇਸ਼ਨ ਯਾਨੀ ਕਿ ਪੜ੍ਹੀ ਲਿਖੀ ਹੈ ਇੱਥੋਂ ਦੀ ਖਾਸੀ ਰੌਣਕ ਆ ਵੀ ਵੇਖ ਲਓ ਤੀਸਰੀ ਸਭ ਤੋਂ ਅਮੀਰ ਕੰਟਰੀ ਦੇ ਇੱਥੇ ਵੀ ਮੰਗਣ ਵਾਲਾ ਕੋਈ ਨਾ ਕੋਈ ਤੁਹਾਨੂੰ ਟੱਕਰ ਹੀ ਜਾਂਦਾ ਹੈ ਇਹ ਆਫਟਰ ਕਰੋਨਾ ਜਿਹੜੀਆਂ ਕੰਟਰੀਆਂ ਦੇ ਵਿੱਚ 2% ਪ੍ਰੋਬਲਮ ਸੀ ਉਹ ਵੱਧ ਕੇ 5% ਹੋ ਗਈ ਜਿੱਥੇ 5 ਸੀ ਉੱਥੇ 10 ਹੋ ਗਈ ਸੋ ਹੋਮਲੈਸਨੈਸ ਵਧੀ ਆ ਦੁਨੀਆ ਦੇ ਵਿੱਚ ਸਾਨੂੰ ਲਾਸਟ ਟਾਈਮ ਹਰਮਨ ਭਾਅ ਜੀ ਹੁਣਾਂ ਨੇ ਸਾਰਾ ਦਿਖਾਇਆ ਸੀ ਉਹ ਸਾਡੇ ਗਾਈਡ ਬਣੇ ਸੀ ਥੈਂਕ ਯੂ ਉਹਨਾਂ ਦਾ ਮੈਨੂੰ ਹੁਣ ਨਾ ਕੁਝ ਚੀਜ਼ਾਂ ਯਾਦ ਆ ਜਿੱਦਾਂ ਇਹਨਾਂ ਨੂੰ ਮੈਂ ਇੱਥੇ ਸਕੁਏਅਰ ਤੱਕ ਲੈ ਆਇਆ ਵਾਂ ਅਤੇ ਪ੍ਰਾਈਮ ਮਿਨਿਸਟਰ ਹਾਊਸ ਜਾਂ ਹੋਰ ਇੰਪੋਰਟੈਂਟ ਬਿਲਡਿੰਗਸ ਉਹਨਾਂ ਨੇ ਸਾਨੂੰ ਦੱਸੀਆਂ ਸੀ ਕਿਹੜੀ ਬਿਲਡਿੰਗ ਕਿੱਦਾਂ ਵਾ ਜਾਂ ਆਪਾਂ ਰਸਤੇ ਦੇ ਵਿੱਚ ਤੁਹਾਨੂੰ ਖਾਇਆ ਨਾ ਈਯੂ ਦੀ ਪਾਰਲੀਮੈਂਟ ਵਗੈਰਾ ਸਾਰਾ ਕੁਛ ਭਾਈ ਨੇ ਸਾਨੂੰ ਘੁਮਾਇਆ ਸੀ ਸੋ ਅੱਜ ਦੇਖਦੇ ਹਾਂ ਭਾਈ ਦੀ ਦਿੱਤੀ ਗਾਈਡੈਂਸ ਕਿੰਨੀ ਕੁ ਅਜੇ ਤੱਕ ਯਾਦ ਆ ਆਪਾਂ ਨੂੰ ਸੋ ਜਿਹੜੀ ਇਹ ਲਕਸਮਬਰਗ ਗੋਲਡ ਸਿਟੀ ਆ ਆ ਪਰਲੀ ਸਾਈਡ ਨੂੰ ਜਾ ਕੇ ਪਰਾਂ ਅਤੇ ਬਾਅਦ ਦੇ ਵਿੱਚ ਵਸਿਆ ਵੱਧ ਕੇ ਆਹ ਦੇਖ ਲਓ ਆਹ ਆਉਂਦੀਆਂ ਕਿਲੇ ਦੀਆਂ ਕੰਧਾਂ ਸੋ ਪਹਿਲਾਂ ਇੱਕ ਕਿਲਾ ਹੀ ਸੀ ਉਹ ਥੱਲਿਓਂ ਲੈ ਕੇ ਨਾ ਸੋ ਉਹਦੇ ਅੰਦਰ ਇਹ ਸਾਰੀਆਂ ਇੰਪੋਰਟੈਂਟ ਰਾਜਾ ਸਾਹਿਬ ਇੱਥੇ ਰਹਿੰਦੇ ਆ ਪ੍ਰਾਈਮ ਮਿਨਿਸਟਰ ਇਹਨਾਂ ਦਾ ਇੱਥੇ ਰਹਿੰਦਾ ਵਾ ਮਨਾਰਕੀ ਵੀ ਆ ਇੱਥੇ ਲਾਸਟ ਕਿੰਗ ਆਈ ਥਿੰਕ ਉਹ 2000 ਦੇ ਵਿੱਚ ਉਹਨੂੰ ਕਰਾਊਨ ਮਿਲਿਆ ਸੀ ਉਹਨੂੰ ਅਤੇ ਆਹ ਇਹਨਾਂ ਦੀ ਇੱਕ ਚਰਚ ਆ ਗਈ ਇੱਕ ਨਾ ਅਸਲ ਦੇ ਵਿੱਚ ਆ ਸਾਨੂੰ ਕਾਹਲੀ ਜੀ ਵੀ ਅਸੀਂ ਇਹ ਸੋਚਿਆ ਵੀ 3-4 ਘੰਟੇ ਦੇ ਵਿੱਚ ਜਿੰਨਾ ਘੁੰਮ ਸਕੀਏ ਉੰਨਾ ਘੁੰਮਣਾ ਸੋ ਇਸੇ ਕਰਕੇ ਜੋ ਮੈਨੂੰ ਗੱਲਾਂ ਮਨ 'ਚ ਆਈ ਜਾ ਰਹੀਆਂ ਉਹ ਮੈਂ ਵਲੇਟ ਕੇ ਤੁਹਾਡੇ ਵੱਲ ਸਿੱਟੀ ਜਾ ਰਿਹਾ ਵਾਂ ਅਤੇ ਆਪਾਂ ਹੁਣ ਉਧਰਲੀ ਸਾਈਡ ਚੱਲਦੇ ਹਾਂ ਚੱਕੋ ਹੁਣ ਜਾਣਕਾਰੀ ਲਕਸਮਬਰਗ ਦੀ ਜਿੰਨੀ ਕੁ ਮੈਂ ਇਕੱਠੀ ਕੀਤੀ ਆ ਸੋ ਇਹਦੇ ਬਾਰਡਰ ਕਈਆਂ ਨੇ ਮੈਪ 'ਤੇ ਲੱਭੀ ਜਾਣਾ ਇਹ ਲਕਸਮਬਰਗ ਹੈ ਕਿੱਥੇ ਇਹਦਾ ਬਾਰਡਰ ਲੱਗਦਾ ਜੀ ਫਰਾਂਸ ਦੇ ਨਾਲ ਬੈਲਜੀਅਮ ਦੇ ਨਾਲ ਅਤੇ ਜਰਮਨ ਦੇ ਨਾਲ ਔਸਤਨ ਕਮਾਈ ਇੱਥੇ ਹੈਗੀ ਆ $1,40,000 US ਪਰ ਪਰਸਨ ਔਸਤਨ ਦੀ ਗੱਲ ਮੈਂ ਕਰ ਰਿਹਾ ਵਾਂ ਅਤੇ ਇਸ ਕਰਕੇ ਇਹਨੂੰ ਦੁਨੀਆ ਦੀ ਤੀਸਰੀ ਸਭ ਤੋਂ ਅਮੀਰ ਕੰਟਰੀ ਬਣਾਉਂਦਾ ਵਾ ਆਫਟਰ ਮੋਨੈਕੋ ਐਂਡ ਲੀਸ਼ਨਸਟਾਈਨ ਦੇ ਬਾਅਦ ਅਤੇ ਇੱਥੇ ਪਬਲਿਕਲੀ ਸੁਵਿਧਾਵਾਂ ਬਹੁਤ ਨੇ ਮੈਡੀਕਲ ਫਰੀ ਆ ਉਹ ਸਾਰੀਆਂ ਕੰਟਰੀਆਂ 'ਚ ਹੁੰਦਾ ਵਾ ਪੜ੍ਹਾਈ ਵੀ ਤਕਰੀਬਨ ਕਿ ਟੋਟਲੀ ਫਰੀ ਹੈ ਇੱਥੇ ਅਤੇ ਉਸ ਤੋਂ ਬਾਅਦ ਜਿਹੜੀ ਚੀਜ਼ ਆ ਜਾਂਦੀ ਆ ਪਬਲਿਕ ਟਰਾਂਸਪੋਰਟ ਇੱਕ ਸਭ ਤੋਂ ਜਿਹੜੀ ਚੰਗੀ ਚੀਜ਼ ਆ ਉਹ ਇੱਥੇ ਮੁਫਤ ਆ ਅਤੇ ਮੋਨਾਰਕੀ ਇੱਥੇ ਵੀ ਹੈਗੀ ਆ ਡੈਮੋਕ੍ਰੇਸੀ ਵੀ ਹੈਗੀ ਆ ਅਤੇ ਇਹੜੀ ਕੰਟਰੀ ਦਾ ਅਮੀਰ ਹੋਣ ਦਾ ਰੀਜ਼ਨ ਕਈ ਸੋਚਣਗੇ ਵੀ ਇਹਦੇ ਵਿੱਚ ਇੰਨੀ ਅਮੀਰੀ ਕਿੱਥੋਂ ਆ ਗਈ ਇਹਦੇ ਵਿੱਚ ਅਮੀਰੀ ਇੰਨੀ ਟੈਕਸ ਹੈ ਵਾ ਨਾ ਲੋ ਕਾਰਪੋਰੇਟ ਟੈਕਸ ਨੇ ਵੱਡੀਆਂ ਕੰਪਨੀਆਂ ਨੇ ਹੈੱਡ ਆਫਿਸ ਇੱਥੇ ਆਪਣੇ ਬਣਾਏ ਆ ਅਤੇ ਇਹਨਾਂ ਦੀ ਹੋਰਾਂ ਕੰਟਰੀਆਂ ਦੇ ਨਾਲ ਟ੍ਰੀਟੀ ਆ ਫੋਰ ਐਗਜ਼ਾਮਪਲ ਮੰਨ ਲਓ ਇੱਥੇ ਪੇਪਾਲ ਦਾ ਹੈੱਡਕੁਆਟਰ ਆ ਅਤੇ ਉਹਨਾਂ ਦਾ ਹੈੱਡਕੁਆਟਰ ਕਿਤੇ ਯੂਰਪ 'ਚ ਹੋਰ ਵੀ ਕਿਤੇ ਆ ਤਾਂ ਉਹਨਾਂ ਨੂੰ ਦੋਵੇਂ ਥਾਈਂ ਟੈਕਸ ਪੇ ਕਰਨ ਦੀ ਲੋੜ ਨਹੀਂ ਉਹ ਇੱਕ ਥਾਂ ਹੀ ਪੇ ਕਰਨਗੇ ਅਤੇ ਪੇਪਾਲ ਵਾਲੇ ਡੈਫੀਨੇਟਲੀ ਲਕਸਮਬਰਗ ਨੂੰ ਚੂਜ਼ ਕਰਨਗੇ ਕਿਉਂਕਿ ਇੱਥੇ ਟੈਕਸ ਲੋ ਨੇ ਸੋ ਇਹਨਾਂ ਕੋਲ ਕਮਾਈ ਉਹੜੀ ਕੰਪਨੀ ਦੀ ਜਿਹੜੀ ਇਨਕਮ ਆ ਉਹਦੀ ਟੈਕਸ ਇਹਨਾਂ ਨੂੰ ਆਉਣਾ ਵਾ ਇੱਦਾਂ ਉੱਪਰੋਂ ਇਹ ਬਹੁਤ ਸਾਰੇ ਵੈਲਥ ਫੰਡ ਵੀ ਮੈਨੇਜ ਕਰਦੀ ਜਿਹੜੀ ਕੰਟਰੀ ਚਲੋ ਠੀਕ ਹੈ ਡਨ ਆ ਤੂੰ ਸੜ ਚੱਲਿਆ ਮੈਂ ਵੇਖ ਲਿਆ ਹਿਸਾਬ ਹਾਂਜੀ
ਹੁਣ ਦੱਸੋ ਪੁਲ ਦੇ ਉੱਪਰੋਂ ਦੀ ਜਾਣਾ ਕਿ ਪੁਲ ਦੇ ਥੱਲੇੋਂ ਦੀ ਨਹੀਂ ਨਹੀਂ ਉਹ ਵੇਖ ਪੁਲ ਵੀ ਉੱਪਰੋਂ ਵੀ ਆ ਉਹ ਥੱਲੇੋਂ ਦੀ ਵੀ ਰਸਤਾ ਪੁਲ ਦੇ ਦੋ ਰਸਤੇ ਆ ਨਾ ਉੱਪਰੋਂ ਦੀ ਚੜ੍ਹ ਕੇ ਥੱਲੇੋਂ ਦੀ ਵਾਪਸ ਆ ਜਾਂਦੇ ਹਾਂ ਗ੍ਰੇਟ ਜਿੱਦਾਂ ਮੈਂ ਦੱਸਿਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਇੱਥੇ ਆ ਸੋ ਆਪਣੇ ਮਿੱਤਲ ਸਾਹਿਬ ਜਿਹੜੇ ਯੂਕੇ ਦੇ ਸਭ ਤੋਂ ਅਮੀਰ ਆਦਮੀ ਆ ਸਟੀਲ ਕਿੰਗ ਕਿਹਾ ਜਾਂਦਾ ਉਹਨਾਂ ਨੂੰ ਦੁਨੀਆ ਦੇ ਵਿੱਚ ਉਹਨਾਂ ਦਾ ਵੀ ਹੈੱਡ ਆਫਿਸ ਇੱਥੇ ਹੀ ਹੈ ਮੈਂ ਜਾਣਨਾ ਚਾਹੁੰਦਾ ਕਿ ਪੈਨਸ਼ਨ ਇੱਥੇ ਕਿੰਨੀ ਗਾ ਅਤੇ ਉਹਦੇ ਵਿੱਚ ਇਹ ਇਨਫੋਰਮੇਸ਼ਨ ਉੱਭਰ ਕੇ ਆਉਂਦੀ ਕਿ ਜਿਹੜੇ ਬੰਦੇ ਨੇ ਉਮਰ ਭਰ ਕੰਮ ਕੀਤਾ ਹੋਵੇ ਲਕਸਮਬਰਗ ਦੇ ਵਿੱਚ ਅਤੇ ਜਿੰਨਾ ਫੁੱਲ ਟਾਈਮ ਉਹ 35-37 ਈਅਰ ਬਣਦੇ ਆ ਤੁਸੀਂ ਕੰਮ ਕਰਨਾ ਜ਼ਰੂਰੀ ਆ ਅਤੇ ਤੁਹਾਡੀ ਇਸ ਐਵਰੇਜ ਪੈਨਸ਼ਨ ਲੱਗਦੀ ਆ 3900 ਯੂਰੋ 3900 ਯੂਰੋ ਭਾਅ ਜੀ ਮਜ਼ੇ ਆ ਨਾ 3900 ਪੈਨਸ਼ਨ ਲਵੇ ਚੱਲ ਪੁਰਤਗਾਲ ਚੱਲ ਸਪੇਨ ਵਗੈਰਾ ਹੈ ਨਾ ਇਹ ਹੁਣ ਮੇਨ ਸਟਰੀਟ ਆ ਜਿਹਦੇ ਉੱਪਰ ਵੱਡੀਆਂ ਵੱਡੀਆਂ ਬੈਂਕਾਂ ਵੱਡੇ ਵੱਡੇ ਆਫਿਸਿਸ ਨੇ ਜਿਹੜੀ ਸਟਰੀਟ ਦੇ ਉੱਤੇ ਆਹ ਜਿੰਨਾ ਵੀ ਤੁਸੀਂ ਸਾਰਾ ਏਰੀਆ ਦੇਖ ਰਹੇ ਨਾ ਇਹ ਸਾਰੇ ਏਰੀਏ ਦੇ ਤੋੜ ਥੱਲੇ ਅੰਡਰਗਰਾਊਂਡ ਪਾਰਕਿੰਗ ਆ ਤੁਸੀਂ ਇੱਕ ਵਾਰੀ ਗੱਡੀ ਵਾੜਤੀ ਤੁਸੀਂ ਭਾਵੇਂ ਆੜੀ ਬਿਲਡਿੰਗ ਲਈ ਐਗਜ਼ਿਟ ਲੈਣਾ ਇਹੜੀ ਬਿਲਡਿੰਗ ਲਈ ਐਗਜ਼ਿਟ ਲੈ ਲਓ ਹੈ ਨਾ ਥੱਲਿਓਂ ਤਾਂ ਨੂੰ ਭਾਵੇਂ ਉਹ ਪਰਾਂ ਉੱਥੋਂ ਬਿਲਡਿੰਗ ਵਾਸਤੇ ਐਗਜ਼ਿਟ ਲੈਣਾ ਗਾਂਹ ਤੱਕ ਗੱਡੀ ਲੈ ਜਾਓ ਥੱਲੇ ਥੱਲੇ ਹੀ ਅਤੇ ਉੱਥੋਂ ਪੌੜੀਆਂ ਚੜ੍ਹ ਕੇ ਤਾਂ ਨੂੰ ਆ ਜਾਓ ਸੋ ਇਹ ਸਾਰਾ ਉੱਪਰਲਾ ਅਤੇ ਥੱਲੇ ਥੱਲੇ ਅੰਡਰਗਰਾਊਂਡ ਪਾਰਕਿੰਗ ਇਹ ਤੁਹਾਨੂੰ ਥੋੜ੍ਹਾ ਜਿਹਾ ਪ੍ਰੋਪਰਟੀ ਪ੍ਰਾਈਜ਼ ਦਾ ਆਈਡੀਆ ਦੇ ਦਈਏ ਆਹ ਜਿਵੇਂ ਘਰ ਆ ਪੂਰਾ ਜਿਹਾ ਆਈ ਥਿੰਕ ਯੈਲੋ ਜਿਹਾ ਇਹ ਹੈਗਾ ਵਾ 4x87 ਮੀਟਰ ਸਕੇਅਰ ਹੈਲੋ ਜੀ ਠੀਕ ਠਾਕ ਜੀ ਹੁਣੇ ਆਹ ਵੰਡਰ ਹੀ ਕਰ ਰਿਹਾ ਸੀ ਮੈਂ ਕਿਹਾ ਜੀ ਪਾਕਿਸਤਾਨ ਤੋਂ ਲੱਗਦੇ ਨੇ ਭੈਣ ਜੀ ਅਤੇ ਉਹ ਅੰਦਰ ਹੀ ਸੀ ਉਹ ਬਾਹਰ ਨਿਕਲ ਆਏ ਅਤੇ ਅਸੀਂ ਉਹਨਾਂ ਕੋਲ ਜਾਣਕਾਰੀ ਵਗੈਰਾ ਲੈਣ ਲੱਗ ਪਏ ਉਹਨਾਂ ਨੂੰ ਹੋ ਗਏ ਇੱਥੇ 22 ਸਾਲ ਸੋ ਘਰਾਂ ਦੇ ਪ੍ਰਾਈਸਿਸ ਇੱਦਾਂ ਜੀ ਅਪਾਰਟਮੈਂਟ ਦੇਖੋ ਰੈਂਟ 'ਤੇ ਲੱਗਾ 2 ਕਮਰਿਆਂ ਵਾਲਾ ਅਰਾਊਂਡ 2300 ਯੂਰੋ ਸੋ ਅਪਾਰਟਮੈਂਟਾਂ ਦਾ ਜਿਹੜਾ ਐਵਰੇਜ ਪ੍ਰਾਈਜ਼ ਆ ਉਹ ਹੈਗਾ ਇੱਥੇ ਜਿਵੇਂ ਸਸਤਾ ਤਰੀਨ ਵੀ ਹੈਗਾ ਇੱਕ 5 ਲੱਖ ਯੂਰੋ ਦਾ ਉਹ 5.5 ਲੱਖ ਦਾ ਸੋ 6 ਲੱਖ ਯੂਰੋ ਦੇ ਅਪਾਰਟਮੈਂਟ ਐਵਰੇਜ ਆ ਅਤੇ ਜਿਹੜਾ ਘਰ ਆ ਉਹਦੀ ਐਵਰੇਜ ਮੈਨੂੰ ਇੱਥੇ 1 ਮਿਲੀਅਨ ਯੂਰੋ ਪਲੱਸ ਹੀ ਲੱਗਦੀ ਹੈ ਇੱਥੇ ਪਾਕਿਸਤਾਨ ਦੇ ਲੋਕ ਨਾ ਜਿੱਦਾਂ ਆਪਣੇ ਲੋਕਾਂ ਨੇ ਕੈਨੇਡਾ ਫੜ ਲਿਆ ਪਾਕਿਸਤਾਨੀ ਲੋਕਾਂ ਨੇ ਫੜਿਆ ਸੀ ਯੂਰਪ ਆਲਵੇਜ਼ ਨਾਰਵੇ ਵਗੈਰਾ ਇਹੋ ਜਿਹੀਆਂ ਕੰਟਰੀਆਂ ਅਤੇ ਪਾਕਿਸਤਾਨੀ ਬਹੁਤ ਸੈਟਲ ਨੇ ਯੂਰਪ ਦੇ ਵਿੱਚ ਚੰਗੇ ਖਾਸੇ ਸੈਟਲ ਨੇ ਅਤੇ ਇਹ ਭਾਅ ਜੀ ਨੂੰ ਬਹੁਤ ਫਾਇਦਾ ਹੁੰਦਾ ਵਾ ਸਰਦਾਰ ਹੋਣ ਦਾ ਅਤੇ ਪਾਕਿਸਤਾਨੀ ਹੋਣ ਦਾ ਹੁਣ ਇੱਥੋਂ ਵੀ ਭਾਅ ਜੀ ਹੁਣ ਲਿੰਕ ਕੱਢ ਲਿਆ ਵਾ ਅਤੇ ਕੰਟੈਕਟ ਵਗੈਰਾ ਇੱਕ ਦੂਜੇ ਦੇ ਲੈ ਲਏ ਆ ਸੋ ਕਦੀ ਨਾ ਕਦੀ ਉਹ ਕਹਿੰਦੇ ਕਦੀ ਮਿਲਾਂਗੇ ਕਦੀ ਪਾਕਿਸਤਾਨ ਮਿਲਾਂਗੇ ਜਾਂ ਕਦੀ ਇੱਥੇ ਮਿਲਾਂਗੇ ਸੋ ਭਾਅ ਜੀ ਨੂੰ ਇਹਦਾ ਫਾਇਦਾ ਖਾਸਾ ਹੋ ਜਾਂਦਾ ਉਹਦੇ ਨਾਲ ਬਿਜ਼ਨਸ ਓਪਰਚੁਨਿਟੀਜ਼ ਵੀ ਕ੍ਰੀਏਟ ਹੁੰਦੀਆਂ ਵਾ ਸੋ ਅਫਕੋਰਸ ਜਦੋਂ ਤੁਸੀਂ ਜਿਹੋ ਜਿਹੇ ਲੋਕਾਂ ਨੂੰ ਮਿਲੋਗੇ ਉਹ ਕਹਿੰਦੇ ਨਾ ਯੂ ਆਰ ਜਸਟ ਐਵਰੇਜ ਆਫ ਯੂਅਰ ਫਰੈਂਡਸ ਸੋ ਹਿਸਾਬ ਆ ਜੇ ਤੁਹਾਡੇ ਫਰੈਂਡ ਅਰਬਾਂਪਤੀ ਹੋਣਗੇ ਤਾਂ ਚਾਂਸਿਸ ਆ ਕਿ ਤੁਸੀਂ ਕਰੋੜਾਂਪਤੀ ਹੋ ਜਾਓਗੇ ਸੋ ਉਹੜਾ ਹਿਸਾਬ ਆ ਜੀ ਆ ਜਵਾਕਾਂ ਨੂੰ ਰੋਈ ਤੁਰਿਆ ਜਾਣ ਡਿਆ ਵਾ ਆਈਸਕ੍ਰੀਮ ਖਾਣੀ ਫਾਈਨਲੀ ਕਿੰਨੇ ਦੀ ਆ ਚੱਲ ਕੋਈ ਨਾ ਚੱਕਦੇ ਫਿਰ ਕੜੀ ਖਾਣੀ ਫਲੇਵਰ ਮੈਂ ਪੇ ਕਰ ਹੁਣ ਮੈਂ ਸੈੱਟ ਆ ਹੁਣ ਤਾਂ ਨਹੀਂ ਰੋਏਗਾ ਕਿੱਥੇ ਜਾਣਾ ਹੁਣ ਦੱਸੋ ਕਿੱਥੇ ਜਾਣਾ ਪਹਿਲੇ ਤਾਂ ਓਏ ਲਾ ਮੈਨੂੰ ਲੱਗਦਾ ਕਰੀਮ ਲਾ ਕੇ ਆਇਆ ਨਾ ਸਨਸਕ੍ਰੀਨ ਵੇਖ 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 ਦੇ ਲੱਛਣ ਵੇਖ ਦੇ ਲੱਛਣ ਕੀ ਹੈ ਲੈ ਲੈ ਸਨਸਕ੍ਰੀਨ ਮਤਲਬ ਕੀ ਆ ਮੈਨੂੰ ਪਤਾ ਵਾ ਤੂੰ ਬਚਾਉਣ ਲਈ ਧੁੱਪ ਹੈਗੀ ਆ ਉੱਪਰ ਏਡੀ ਵੀ ਨਹੀਂ ਯਾਰ ਲੈ ਤੋ ਜਾ ਭਰਾਵਾ ਉਹ ਮੈਂ ਕੱਲ੍ਹ ਪਰਸੋਂ ਇੱਕ ਰੀਲ ਪਾਈ ਸੀ ਅਤੇ ਉਹ 'ਚ ਮੈਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਸੀ ਬੌਕਾ ਕਈ ਕਹਿੰਦੇ ਸੀ ਉਹਦਾ ਕੀ ਮਤਲਬ ਹੁੰਦਾ ਵਾ ਆਹ ਹੁੰਦਾ ਜੇ ਬੌਕਾ ਜਦੋਂ ਉੱਪਰ ਜਾ ਕੇ ਥੱਲੇ ਕਹਿੰਦੇ ਨਾ ਬੌਕਾ ਹੀ ਨਿਕਲ ਗਿਆ ਜੀ ਹੌਲੀ ਹੌਲੀ ਗਲੀਆਂ ਵੇਖਦੇ ਅਤੇ ਕਾਫੀ ਲੋਕ ਮੇਰੀ ਡਰੈਸ ਵੇਖਦੇ ਵੀ ਇੰਨੇ ਲੰਮਾ ਜਿਹਾ ਬਾਹਲ ਹੈ ਨਾ ਵੀ ਯਾਰ ਪਰ ਆਪਾਂ ਵੀ ਜੱਜ ਜਾਣ ਕੇ ਹੀ ਪਾ ਕੇ ਆਏ ਹਾਂ ਵੀ ਮੈਨੂੰ ਪਤਾ ਜਿਹੜੀ ਸਿਟੀ ਦੇ ਵਿੱਚ ਵੀ ਆਪਣੇ ਪੰਜਾਬੀ ਨਾਂ ਮਾਤਰੀ ਆ ਵੀ ਸਿਟੀ ਨਹੀਂ ਵੀ ਸ਼ਹਿਰ ਕੰਟਰੀ ਦੇ ਵਿੱਚ ਹੀ ਸੋ ਆਪਾਂ ਵੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਹੋਰ ਕਿੱਦਾਂ ਭਾਅ ਜੀ ਥੈਂਕ ਯੂ ਭਾਈ ਹੋਰ ਕਿੱਦਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਹਿੰਦੇ ਨੂੰ ਇੱਥੇ ਅਸੀਂ ਮੈਂ ਤਾਂ ਭਾਅ ਜੀ ਅੱਧੀ 2 ਦਿਨਾਂ ਤੋਂ ਰਹਿ ਰਿਹਾ ਅੱਛਾ 2 ਦਿਨ ਓਕੇ ਓਕੇ ਬਿਜ਼ਨਸ ਹੈ ਇੱਥੇ ਤੁਹਾਡਾ ਹਾਂਜੀ ਅੱਛਾ ਕਹਿ ਦੋ ਆਈਸ
ਬਸ ਜੀ ਹੁਣ ਆਪਾਂ ਵਾਪਸੀ ਜਾ ਰਹੇ ਹਾਂ, ਗੱਡੀ ਵਾਲੇ ਚੱਲੀਏ ਘੁੰਮਣ ਘੁੰਮਾਉਣ ਨੂੰ। ਤਾਂ ਇੱਥੇ ਥਾਰ ਰੱਖੀ ਆ ਵੀ ਘੁੰਮਣ ਘੁੰਮਾਉਣ ਨੂੰ ਬਹੁਤ ਕੁਛ ਆ ਇੱਥੇ ਗਲੀਆਂ ਗਲੀਆਂ ਦੇ ਵਿੱਚ, ਪਰ ਸਾਡੇ ਕੋਲ ਟਾਈਮ ਬਾਹਲਾ ਲਿਮਿਟਡ ਆ। ਵੈਸੇ ਤਾਂ ਸੋਚਿਆ ਸੀ ਅੱਜ ਸ਼ਾਮ ਨੂੰ ਹੀ ਆਪਣੇ ਟਿਕਾਣੇ 'ਤੇ ਪਹੁੰਚ ਜਾਣ ਦਾ, ਹੁਣ ਅਸੀਂ ਅਰਲੀ ਸਵੇਰੇ ਪਹੁੰਚਾਂਗੇ ਤਕਰੀਬਨ 5-6 ਵਜੇ ਦੇ ਨਾਲ। ਇਫ ਆਈ ਐਮ ਨੋਟ ਰੋਂਗ, ਮੈਨੂੰ ਭਾਈ ਨੇ ਉਦੋਂ ਦੱਸਿਆ ਸੀ ਕਿ ਆਹ ਵਾ ਪ੍ਰਾਈਮ ਮਿਨਿਸਟਰ ਦਾ ਘਰ ਜਿੱਥੇ ਪ੍ਰਾਈਮ ਮਿਨਿਸਟਰ ਰਹਿੰਦਾ ਵਾ ਇਹਨਾਂ ਦਾ, ਅਤੇ ਇੱਥੇ ਟਹਿਲਦਾ ਟੂਲਦਾ ਮਿਲ ਜਾਂਦਾ ਇੱਦਾਂ ਹੀ। ਅਤੇ ਉਦੋਂ ਹਰਮਨ ਭਾਈ ਨੇ ਦੱਸਿਆ ਸੀ ਕਿ ਕਈ ਵਾਰੀ ਸਾਨੂੰ ਬਾਰ ਵਗੈਰਾ ਦੇ ਵਿੱਚ ਵੀ ਉਹ ਵੀ ਅਗਲਾ ਡਰਿੰਕ ਡਰੁੰਕ ਕਰਨ ਜਾਂਦਾ ਰਹਿੰਦਾ ਅਤੇ ਮਿਲ ਮੁਲ ਜਾਂਦਾ, ਅਤੇ ਉਦੋਂ ਪੁੱਛ ਵੀ ਲੈਂਦਾ ਵੀ ਕਿੱਦਾਂ ਵੀ ਲਕਸਮਬਰਗ ਦੇ ਵਿੱਚ ਠੀਕ ਠਾਕ ਹੋ ਤੁਸੀਂ, ਕੋਈ ਪ੍ਰੋਬਲਮ ਨਹੀਂ ਤੁਹਾਨੂੰ ਸਾਡੀ ਕੰਟਰੀ ਦੇ ਵਿੱਚ। ਉਦੋਂ ਨਾ ਕੋਈ ਇੱਕ ਸਵਾਲ ਨਕਲ ਨਹੀਂ ਕਰਨੀ, ਹੁਣ ਜੇ ਪ੍ਰਾਈਮ ਮਿਨਿਸਟਰ ਬਾਹਰ ਆ ਜਾਏ ਇੱਧਰੋਂ ਦੀ, ਤਾਂ ਤੁਹਾਨੂੰ ਅਲਾਦੀਨ ਦੇ ਚਿਰਾਗ ਵਾਂਗੂ ਇੱਕ ਇੱਕ ਵਿਸ਼ ਪੁੱਛੇ, ਇੱਕ ਇੱਕ ਵੀ ਉਹੜੀ ਜਿਹੜੀ ਉਹਦੇ ਉਹਦੇ ਕੰਟਰੋਲ ਦੇ ਵਿੱਚ ਹੋਵੇ, ਕੀ ਮੰਗ ਮੰਗੇਗਾ ਇੱਕਦਮ ਇੰਸਟੈਂਟਲੀ ਕਹੇ ਇੱਕ ਮੰਗ ਜਿੰਨਾ ਚਿਰ ਰੈਵਨਿਊ ਹੈਗਾ ਉਹਦਾ 1% ਮਿਲਦੇ ਆ ਹਰ ਸਾਲ। ਕੰਟਰੀ ਦਾ ਕਿ ਉਹਦਾ ਪਤਾ? ਕੰਟਰੀ ਦਾ, ਅੱਛਾ ਉਹਦਾ 1%। ਤੁਸੀਂ ਭਾਜੀ ਉਹਨੂੰ ਮੈਂ ਕਿਹਾ ਤੂੰ ਮੇਰੀ ਜਗ੍ਹਾ ਤੇ ਮੇਰੇ ਮੁਲਕ ਚੱਲ ਜਾ, ਮੈਂ ਤੇਰੀ ਜਗ੍ਹਾ ਤੇ ਆ ਜਾਂਦਾ। ਲੈ ਭਾਜੀ ਆਪਣੇ ਮੁਲਕ ਨੂੰ ਪਿਆਰ ਨਹੀਂ ਕਰਦੇ, ਉਹਨੇ 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 ਕਿਹਾ ਕੰਟਰੀ ਛੱਡੂ, ਉਹਨੇ ਇੰਡੀਆ 'ਚ ਰਿਹਾ, ਉਹਨੇ ਇੰਡੀਆ 'ਚ ਰਹਿ ਕੇ ਰੈਵਨਿਊ ਮੰਗਿਆ। ਹਾਂ ਇਸ ਤੋਂ ਭਾਜੀ ਦੋ ਕੰਟਰੀਆਂ ਦੇ ਡਿਫਰੈਂਸ ਪਤਾ ਲੱਗ ਰਿਹਾ, ਇੱਕ ਕੰਟਰੀ ਆ ਜਿਹੜੀ ਗਰੋ ਕਰ ਰਹੀ ਹੈ। ਸਵਾਲ ਜੋ ਪੁੱਛਿਆ ਸੀ ਉਹਦੇ ਤੇ ਰਹੋ ਤੁਸੀਂ, ਉਹਨੂੰ ਘੁਮਾ ਕੇ ਕਿਹਾ ਮੈਨੂੰ ਉਹਦੇ ਵਾਸਤੇ ਆ, ਉਹ ਮੈਨੂੰ ਦੇ ਦੇਵੇ ਸਾਰਾ ਕੁਝ ਆਪਣਾ ਤੇ ਮੈਂ। ਠੀਕ ਹੈ ਠੀਕ ਹੈ। ਲਾਸਟ ਟਾਈਮ ਜਦੋਂ ਆਪਾਂ ਆਏ ਸੀ ਉਦੋਂ ਹਰਮਨ ਭਾਈ ਹੋਣਾ ਇੱਥੇ ਆਪਾਂ ਨੂੰ ਲੰਚ ਕਰਵਾਇਆ ਸੀ ਆੜੇ ਰੈਸਟੋਰੈਂਟ ਦੇ, ਅਤੇ ਬਹੁਤ ਇਲੀਟ ਕਲਾਸ ਜਿਹਾ ਕੰਮ ਸੀ, ਇੰਟੀਰੀਅਰ ਬਹੁਤ ਬੰਬ ਹੈ ਇਹਦਾ ਰੈਸਟੋਰੈਂਟ ਦਾ। ਅੱਜ ਅਸੀਂ ਇੱਦਾਂ ਹੀ ਲੰਘ ਜਾਣਾ, ਅੱਜ ਅਸੀਂ ਕਬਾਬ ਹੀ ਖਾਣਾ, ਉਦੋਂ ਵੱਡੇ ਲੋਕ ਸੀ ਸਾਡੇ ਨਾਲ, ਉਦੋਂ ਅਸੀਂ ਲੰਚ ਕੀਤਾ ਸੀ, ਹੁਣ ਅਸੀਂ ਆਪਾਂ ਰੇੜੀ ਰੂੜੀ ਤੋਂ ਕਬਾਬ ਵੇਖੀ ਹੋ ਕਿਤੇ ਹੋ ਭਾਈ, ਆਪਣੇ ਪਣੀ ਪਈ ਆ ਪਰੌਨ ਵਾਲੀ ਬਿਰਿਆਨੀ ਪਾਈ ਆ, ਰਾਤ ਵਾਲਾ ਪਿਆ ਹੈ ਉਹ ਗਰਮ ਕਰ ਦੇ ਬਾਜੀ। ਸੋ ਟਿਪੀਕਲ ਜੋ ਯੂਰੋਪੀਅਨ ਕੰਟਰੀਆਂ ਦੇ ਵਿੱਚ ਹੁੰਦਾ ਇੱਕ ਸਕੁਏਅਰ ਪਲੱਸ ਆ, ਉਹ ਇਹ ਆ ਜੀ, ਇਹੋ ਜਿਹੇ ਬੁੱਤ ਲੱਗੇ ਹੁੰਦੇ ਆ, ਕਿਸੇ ਨੇ ਘੋੜਿਆਂ ਦੇ ਬਹੁਤੇ ਚੜ੍ਹੇ ਹੁੰਦੇ ਭਾਊ ਜਾਂ ਬੀਬੀਆਂ ਵੀ, ਇਹੋ ਜਿਹੇ ਬੁੱਤ ਉਹਨਾਂ ਦੇ ਲੱਗੇ ਹੁੰਦੇ ਸਕੁਏਅਰ ਦੇ ਵਿੱਚ, ਤਾਂ ਇੱਦਾਂ ਸਕੁਏਅਰ ਹੁੰਦਾ ਵਾ, ਸਕੁਏਅਰ ਦੇ ਆਲੇ ਦੁਆਲੇ ਸੇਮ ਟਿਪੀਕਲੀ ਰੈਸਟੋਰੈਂਟ ਹੀ ਹੁੰਦੇ ਆ। ਅਤੇ ਬਾਕੀ ਹਰੇਕ ਮੁਲਕ ਦਾ ਆਪੋ ਆਪਣਾ ਆਰਕੀਟੈਕਚਰ ਡਿਫਰੈਂਟ, ਹਰੇਕ ਮੁਲਕ ਦੀ ਅਮੀਰੀਅਤ ਉਹ ਡਿਫਰੈਂਟ ਹੋ ਸਕਦੀ ਹੈ, ਪਰ ਜਿਹੜਾ ਸਕੁਏਅਰ ਦਾ ਪਲੱਸ ਇਹਦਾ ਕੰਸੈਪਟ ਆ ਉਹ ਤਕਰੀਬਨ ਸਾਰੀਆਂ ਯੂਰੋਪੀਅਨ ਕੰਟਰੀਆਂ ਦੇ ਵਿੱਚ ਸੇਮ ਹੀ ਹੈ ਜੀ। ਇਸ ਵੇਲੇ ਆਪਾਂ ਮਾਰਕੀਟ 'ਚ ਨਹੀਂ, ਇਹ ਮੁੰਡਾ ਇੱਕ ਫਨੀ ਇੰਟਰਸਟਿੰਗ ਸਟੋਰੀ ਆਪਾਂ ਨੂੰ ਦੱਸੂਗਾ ਇਹਦੀ ਲਾਸਟ ਲਕਸਮਬਰਗ ਵਿਜ਼ਿਟ ਬਾਰੇ। ਮੁੰਡਾ ਪੜ੍ਹਿਆ ਲਿਖਿਆ ਵਾ ਅਤੇ ਕੰਟੈਕਟ ਵਗੈਰਾ ਕਰ ਲੈਂਦਾ ਏ ਵੱਖ ਵੱਖ ਕੰਟਰੀਆਂ ਨੂੰ, ਜਿਵੇਂ ਗ੍ਰੀਨਲੈਂਡ ਦਾ ਟ੍ਰਿਪ ਵੀ ਇੱਦਾਂ ਲਾਇਆ ਸੀ, ਇਹਨੇ ਮੈਨੂੰ ਦੱਸਿਆ ਵੀ ਲਕਸਮਬਰਗ ਵਾਲੇ ਟੂਰਿਜ਼ਮ ਨਾਲ ਵੀ ਮੈਂ ਗੱਲ ਕਰ ਲਈ ਸੀ, ਅਤੇ ਉਹਨਾਂ ਨੇ ਮੈਨੂੰ ਟਿਕਟ ਹੋਟਲ ਫੂਡ ਵਗੈਰਾ ਪ੍ਰੋਵਾਈਡ ਸਾਰਾ ਕੁਛ ਉਹਨਾਂ ਨੇ ਕਰਤਾ ਸੀ। ਸੋ ਅਗਲਾ ਇੰਸੀਡੈਂਟ ਤੁਸੀਂ ਦੱਸਣਾ ਵੀ ਜਦੋਂ ਤੂੰ ਇੱਥੇ ਆ ਗਿਆ ਤੇ ਫਿਰ ਆਫਕੋਰਸ ਕੋਈ ਅਫੀਸ਼ੀਅਲ ਆਇਆ ਤੈਨੂੰ ਹਨਾ ਮਿਲਣ ਵਾਸਤੇ, ਹੁਣ ਇਹ ਪਿਛਲੇ ਜਿਹੜਾ ਸੀ ਨਾ ਸਕੁਅਰ ਜਿਹਾ ਉੱਥੇ ਉਹਨਾਂ ਦਾ ਆਫਿਸ ਸੀਗਾ ਤੇ ਮੈਨੂੰ ਦੇਖ ਕੇ ਯਾਦ ਆਇਆ। ਹਾਂ ਤੇ ਉਹ ਜਿਹੜੀ ਉਹਨਾਂ ਦੀ ਕੋਈ ਸੀਗੀ ਰਿਪਰੈਜੈਂਟੇਟਿਵ ਆਈ ਕਹਿੰਦੀ ਕਾਫੀ ਤੇ ਮਿਲਦੇ ਆ, ਫਿਰ ਉਹ ਮੈਨੂੰ ਸਮਝਾਉਣ ਲੱਗ ਪਈ ਕਿ ਇੱਦਾਂ ਸਾਡੇ ਆਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਸਾਡਾ ਪਬਲਿਕ ਟਰਾਂਸਪੋਰਟ ਫਰੀ ਆ, ਇਹ ਆ ਵੋ ਹੈ। ਮੈਂ ਕਿਹਾ ਅੱਛਾ, ਅਤੇ ਕਹਿੰਦੀ ਸੀ ਵੀਡੀਓ ਕਿੱਥੇ ਬਣਾਉਣੀ ਸਾਡੇ ਤੋਂ ਘੁੰਮਣ ਕੋਈ ਥਾਂ ਹੈ ਨਹੀਂ ਗੀ, ਅਤੇ ਮੈਂ ਕਿਹਾ ਆਪਣਿਆਂ ਲੋਕਾਂ ਨੂੰ ਹੁੰਦਾ ਕਿ ਸ਼ੈਂਗਨ ਵੀਜ਼ਾ ਨਾ, ਅਤੇ ਫਿਰ ਮੈਂ ਉਹ ਲੱਭਿਆ ਕਿ ਜਿਹੜਾ ਸ਼ੈਂਗਨ ਵੀਜ਼ਾ ਐਗਰੀਮੈਂਟ ਇੱਥੇ ਹੀ ਸਾਈਨ ਹੋਇਆ ਸੀਗਾ, ਫਿਰ ਮੈਂ ਉਹ ਪੁਆਇੰਟ 'ਤੇ ਗਿਆ ਜਿੱਥੇ ਜਿਸ ਪੁਆਇੰਟ 'ਤੇ ਉਹ ਨਦੀ ਦੇ ਵਿੱਚ ਇੱਕ ਪੁਆਇੰਟ ਆ ਸਾਰੇ ਬਾਰਡਰ ਮਿਲਦੇ ਆ ਤਿੰਨ ਕੰਟਰੀਆਂ ਦੇ, ਉੱਥੇ ਕਿਸ਼ਤੀ 'ਚ ਉਹਨਾਂ ਨੇ ਸਾਈਨ ਕੀਤਾ ਸੀਗਾ, ਫਿਰ ਮੈਂ ਉਹ ਵੀਡੀਓ ਬਣਾਈ ਪਲੱਸ ਇੱਕ ਦੋ ਹੋਰ ਮੈਂ ਇੱਧਰ ਉੱਧਰ ਕਾਸਲ ਕੁਸਲ ਜਿਹਾ ਘੁੰਮ ਲਿਆ, ਅਤੇ ਕਹਿੰਦੀਆਂ ਤਾਂ ਮੈਂ ਵੀ ਘੁੰਮੀ ਓਕੇ ਜੀ, ਪਹੁੰਚ ਗਏ ਆਪਾਂ ਵਾਪਸ ਆਪਣੀ ਪਾਰਕਿੰਗ ਵਾਲੀ ਥਾਂ 'ਤੇ, ਅਤੇ ਇਹਦੇ ਨਾਲ ਹੀ ਜੋ ਵੀ ਸੀਰੀਜ਼ ਸੀ ਸਾਰੀ ਨਾਰਵੇ ਦੀ ਉਹਨੂੰ ਆਪਾਂ ਦਿੰਦੇ ਹਾਂ ਵਿਰਾਮ, ਕਿਉਂਕਿ ਸਫ਼ਰ 'ਤੇ ਜੇ ਹੋਰ ਪਿਆ ਵਾ ਉਹਦੇ ਵਿੱਚ ਕੁਛ ਇੰਪੋਰਟੈਂਟ ਨਹੀਂ ਹੋਣਾ, ਬਸ ਲਗਾਤਾਰ ਗੱਡੀ ਹੀ ਚਲਾਉਣੀ ਆਈ ਥਿੰਕ, ਕਿਉਂਕਿ ਜਿਹੜੀਆਂ ਪਿੱਛੇ ਇੱਕ ਦੋ ਵੀਡੀਓ ਬਣਾਈਆਂ
ਉਹਦੇ ਵਿੱਚ ਚਲੋ ਕੋਈ ਗੱਲਬਾਤ ਹੋ ਗਈ ਪਰ ਮੈਨੂੰ ਪਰਸਨਲੀ ਫੀਲ ਹੋ ਰਿਹਾ ਸੀ ਕਿ ਉਹਦੇ ਵਿੱਚ ਕੁਝ ਖਾਸ ਨਹੀਂ ਹੈਗਾ। ਸੋ ਇਹਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਅਤੇ ਨੈਕਸਟ ਹੁਣ ਕੁਝ ਕੁ ਦਿਨਾਂ ਨੂੰ ਜਾਣਾ ਵਾ ਮੈਂ USA ਐਂਡ ਕੈਨੇਡਾ। ਸੋ ਉੱਥੋਂ ਦੀਆਂ ਵੀਡੀਓ ਲਈ ਜੁੜੇ ਰਹੋ ਅਤੇ ਉੱਥੋਂ ਦੇ ਕੈਨੇਡਾ ਮੈਂ ਪਹਿਲਾਂ ਗਿਆ ਵਾਂ ਦੋ ਵਾਰੀ, ਤੀਸਰੀ ਵਾਰੀ ਜਾਣਾ। USA ਆਪਾਂ ਪਹਿਲੀ ਵਾਰੀ ਜਾਣਾ। ਸੋ USA ਦੇ ਰੰਗ ਜਿਹੋ ਜਿਹੇ ਮੈਂ ਫੀਲ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਉੱਦਾਂ ਦੀ ਤੁਹਾਡੇ ਅੱਗੇ ਪੇਸ਼ ਕਰ ਸਕਾਂ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜਿਉਂਦੇ ਵੱਸਦੇ ਰਹੋ, ਭੁੱਲ ਚੁੱਕ ਮਾਫ਼, ਗੁੱਡ ਬਾਏ। ਪੰਜਾਬੀ ਲਹਿਰ TV ਪੰਜਾਬੀ ਲਹਿਰ TV ਉਹਨਾਂ ਨੂੰ ਕਈ ਉਹਨਾਂ ਨੂੰ ਕੋਈ ਬਾਬਾ ਨਹੀਂ ਦਿਸ ਰਿਹਾ, ਉਹਨਾਂ ਨੂੰ ਕੋਈ ਬਾਬਾ ਲੱਭ ਰਿਹਾ ਕੋਈ, ਉਹਨੂੰ ਧੱਕੇ ਨਾਲ ਹੀ ਨਾਲ ਕਹਿ ਦੇਣਾ ਬਾਬਾ ਨਹੀਂ ਤੂੰ 47 ਤੋਂ ਪਹਿਲਾਂ ਜੰਮਿਆ ਸੀ, ਤੂੰ ਜੰਮਿਆ ਸੀ, ਤੈਨੂੰ ਪਤਾ ਨਹੀਂ ਪਰ ਤੂੰ ਜੰਮਿਆ ਸੀ 47 ਤੋਂ ਪਹਿਲਾਂ। ਓਕੇ ਜੀ, ਇਹ ਸੀ ਆਪਣੀ ਨੋਰਵੇ ਸੀਰੀਜ਼। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਵੇ, ਅਤੇ ਜੇ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ। ਉਧਰ ਪਿੱਛੇ ਵੱਡਾ ਘੜੁੱਕਾ ਸਟਾਰਟ ਹੋ ਗਿਆ ਵਾ ਅਤੇ ਨੈਕਸਟ ਸੀਰੀਜ਼ ਆਪਣੀ ਇੱਥੋਂ ਹੀ ਹੈ USA ਜਿੱਥੇ ਆਪਾਂ ਆਲਰੇਡੀ ਪਹੁੰਚ ਚੁੱਕੇ ਹਾਂ। ਅਤੇ ਇੱਕ ਮੈਂ ਲਵਲੀ ਭਾਜੀ ਦੇ ਨਾਲ ਪੋਡਕਾਸਟ ਰਿਕਾਰਡ ਕੀਤਾ ਸੀ ਪਰ ਉਹਦਾ ਮੈਂ ਮੈਮਰੀ ਕਾਰਡ ਉੱਥੇ ਹੀ ਭੁੱਲ ਆਇਆ ਸਪੇਨ 'ਚ ਹੀ ਗੱਡੀ ਦੇ ਵਿੱਚ ਹੀ। ਉਹ ਜਦੋਂ ਮੈਂ ਵਾਪਸ ਸਪੇਨ ਗਿਆ ਤਾਂ ਉਹਦੇ ਪੋਡਕਾਸਟ ਨੂੰ ਉਦੋਂ ਮੈਂ ਅਪਲੋਡ ਕਰਦਾਂਗਾ। ਅਤੇ ਨੈਕਸਟ ਹੁਣ ਆਪਾਂ USA ਹਾਂ ਅਤੇ USA ਵਾਲੇ ਆਪਾਂ ਤੁਹਾਨੂੰ ਸਾਰੇ ਹੀ ਵਲੋਗ ਜੋ ਵੀ ਇੰਟਰਸਟਿੰਗ ਹੋਇਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ। ਅਤੇ ਜੁੜੇ ਰਹੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਉਹਦੇ ਲਈ ਮਾਫ਼ੀ।